ਪੰਜਾਬ ਵਿਧਾਨ ਸਭਾ ਦਾ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਮਾਨ ਦੀ ਸਰਕਾਰ ਦੇ ਵੱਲੋਂ ਬੁਲਾਇਆ ਗਿਆ। ਜਦੋਂ ਤੱਕ ਜੇ ਸਰਕਾਰ ਨੇ ਗੋੜੇ ਜੋ ਕੂਣੀ ਨਹੀਂ ਕੀਤੀ ਔਰ ਕੇਂਦਰ ਸਰਕਾਰ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ। ਪામਿਓ ਵਿਧਾਤੀ ਵਿਕਾਸ ਫੰਡੋ ਵੀ 1100 ਕਰੋੜ ਦਾ 750 ਮੈਗਾਵਾਟ ਬਿਜਲੀ ਕੇਂਦਰੀ ਪੂਲ ਦੇ ਵਿੱਚੋਂ ਪੰਜਾਬ ਨੇ ਮੰਗੀ ਹੋਵੇ ਤੇ ਦੇ ਦਿੱਤੀ ਜਾਵੇ ਹਰਿਆਣੇ ਨੂੰ। ਪੰਜਾਬ ਦਾ ਬਿਜਲੀ ਨਿਗਮ ਕੋਲਾ ਮੰਗਦਾ ਹੈ ਉਹ ਕਹਿੰਦੇ ਆਪਣਾ ਪ੍ਰਬੰਧ ਆਪ ਕਰੋ ਵਿਦੇਸ਼ਾਂ ਤੋਂ ਮੰਗਾ ਲਓ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੈ 60 40 ਦੇ ਵਿੱਚੇ ਬਣਿਆ ਸੀ ਜਦੋਂ ਪੰਜਾਬ ਪੁਨਰਗਠਨ ਐਕਟ 1966 ਬਣਾਇਆ ਗਿਆ ਸੀ ਇਹਨੂੰ ਉਹਦੇ ਵਿੱਚ ਉਹਨਾਂ ਨੇ ਕਹਿਤਾ ਕਿ ਸਾਰੇ ਅਧਿਕਾਰ ਜਿਹੜੇ ਆ ਉਹ ਕੇਂਦਰ ਦੇ ਲਾਗੂ ਹੋਣਗੇ ਇਹ ਲੋਜੀ ਗੱਲ ਕੀਤੀ ਜਾਵੇ ਬਿਜਲੀ ਸਬਸਿਡੀ ਦਿੱਤਾ ਇਸ ਨੂੰ ਲੈ ਕੇ ਧਨਾੜ ਜਿਹੜੇ ਕਿਸਾਨ ਨੇ ਉਹਨਾਂ ਤੇ ਉਂਗਲਾ ਉਠਾਣਾ ਸ਼ੁਰੂ ਹੋ ਗਿਆ ਜੀ। ਇਸ ਵੇਲੇ 1.14 ਲੱਖ ਟਿਊਬਲ ਕਨੈਕਸ਼ਨ ਆ ਪੰਜਾਬ ਦੇ ਵਿੱਚ। ਬਹੁਤ ਸਾਰੇ ਅਜਿਹੇ ਨੇ ਜਿਨ੍ਹਾਂ ਕੋਲੇ 4-4 ਮੋਟਰਾਂ ਵੀ ਨੇ। ਹੁਣ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਇਹ ਗੱਲ ਕਹਿੰਦੇ ਨੇ ਕਿ ਸਰਕਾਰ ਸਾਨੂੰ ਸੁਆਮੀਨਾਥਨ ਦੀ ਰਿਪੋਰਟ ਮੁਤਾਬਕ ਭਾ ਦੇ ਦੇਣ ਅਸੀਂ ਬਿਜਲੀ ਦੇ ਬਿੱਲ ਆਪ ਦੇ ਦੇਵਾਂਗੇ। ਲੇਕਿਨ ਕਈ ਕਿਸਾਨ ਜਥੇਬੰਦੀਆਂ ਦੇ ਆਗੂ ਇਸ ਗੱਲ ਨਾਲ ਸਹਿਮਤ ਨਹੀਂ ਕਿ ਜਿਹੜੇ ਵੱਡੇ ਕਿਸਾਨ ਐ ਉਹਨਾਂ ਨੂੰ ਬਿਜਲੀ ਦੇ ਪਹਿਲਾਂ ਪੜ੍ਹਨੇ ਚਾਹੀਦਿਆ ਲੋ ਜੀ ਕਣਕ ਦੀ ਬਾੜੀ ਦਾ ਸਟੇਜ ਜਿਹੜਾ ਸ਼ੁਰੂ ਹੋ ਚੁੱਕਿਆ ਜੇਕਰ ਗੱਲ ਕੀਤੀ ਜਾਵੇ ਮਾਲਵੇ ਦੀ ਤਾਂ ਮਾਲਵੇ ਦੇ ਵਿੱਚ ਕਣਕ ਦੀ ਵੜਾਈ ਵੀ ਸ਼ੁਰੂ ਹੋ ਗਈ ਹੈ ਉੱਥੇ ਮੰਡੀਆਂ ਦੀ ਗੱਲ ਕੀਤੀ ਜਾਵੇ ਤਾਂ ਮੰਡੀਆਂ ਦੇ ਵਿੱਚ ਵੀ ਕਣਕ ਪਹੁੰਚਣੇ ਸ਼ੁਰੂ ਹੋ ਗਈ ਹੈ ਦੇਖੋ ਸਰਕਾਰ ਨੇ ਆਪਣੇ ਤੌਰ ਤੇ ਕਿਹਾ ਕਿ ਅਸੀਂ 1 April ਤੋਂ ਕਣਕ ਦੀ ਖਰੀਦ ਕਰਾਂਗੇ ਐਕਤੀ ਕਣਕ ਦੀ ਆਸੇ ਪਾਸੇ ਲੋੜ ਬਹੁਤ ਹੈ ਇਸ ਕਰਕੇ ਕਣਕ ਦਾ ਭਾਅ ਵੀ ਕਿਸਾਨਾਂ ਨੂੰ ਚੰਗਾ ਮਿਲ ਸਕਦਾ ਹੈ ਪੰਜਾਬ ਸਰਕਾਰ ਨੇ ਆਦੇਸ਼ ਕੀਤੇ ਆ ਕਿ ਜੇ ਅੱਜ ਤੁਹਾਡੀ ਕਣਕ ਤੁਲ ਗਈ ਤਾਂ ਅੱਜ ਹੀ ਤੁਹਾਡੇ ਖਾਤਿਆਂ 'ਚ ਪੈਸੇ ਪਾਏ ਜਾਣਗੇ ਇਹ ਸਾਰਾ ਕੁਝ ਹੁੰਦਾ ਹੈ ਜਾਂ ਕਿਤੇ ਐਲਾਨਨਾਮੇ ਰਹਿੰਦੇ ਨੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਜੋ ਕੁਝ ਕਰਨਾ ਹੈ ਉਹਦੀਆਂ ਜਮਿਨੀ ਹਕੀਕਤਾਂ ਮੁਤਾਬਕ ਕਰਿਓ ਕਿਤੇ ਇਹ ਨਾ ਹੋਵੇ ਕਿ ਪਿਛਲੀਆਂ ਸਰਕਾਰਾਂបាន ਥੋਡੇ ਵੀ ਸਿਰਫ ਐਲਾਨ ਹੀ ਰਹਿ ਜਾਂਦੇ। ਜੀ ਲੋ ਜੀ ਗੱਲ ਕੀਤੀ ਜਿਵੇਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੀ ਤਾਂ ਦੇਖਿਆ ਜਾ ਰਿਹਾ ਕਿ ਰੁਕਣ ਦੀ ਬਜਾਏ ਆਏ ਦਿਨ ਕੁਝ-ਕੁਝ ਪੈਸੇ ਕਰਕੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਹੈ। ਇਹ ਸਰਕਾਰ ਕਹਿੰਦੀ ਤਾਂ ਇਹ ਸੀ ਕਿ ਮੈਂ 3-3 ਲੱਖ ਰੁਪਇਆ ਵਿਦੇਸ਼ਾਂ ਚੋਂ ਕਾਲਾ ਧਨ ਲਿਆ ਕੇ ਤੁਹਾਡੇ ਖਾਤਿਆਂ ਚ ਪਾ ਦਿਆਂਗਾ। ਜੀ ਇਹ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਦੌਰਾਨ ਨਾ ਤਾਂ ਲੋਕਾਂ ਨੂੰ ਆਕਸੀਜਨ ਪੂਰੀ ਦਿੱਤੀ, ਨਾ ਹੋਰ ਸਹੂਲਤਾਂ ਦਿੱਤੀਆਂ, ਨਾ ਲੋਕਾਂ ਨੂੰ ਰੁਜ਼ਗਾਰ ਦਿੱਤਾ, ਰੁਜ਼ਗਾਰ ਖੋਲੇ। ਉਲਟਾ ਹਰ ਰੋਜ਼ ਸਵੇਰੇ ਉੱਠਣਸਾਰ ਲੋਕਾਂ ਦੇ ਜ਼ਖਮਾਂ ਤੇ ਨੂਨ ਪੁਕਾਇਆ ਜਾ ਰਿਹਾ ਵੀ ਦੇਖਦੇ ਆ ਇਹ ਕਿੰਨਾ ਕਸਹਾਰਦਾ ਹੈ ਲੋਕ ਮਜਬੂਰ ਨੇ ਪਰ ਲੋਕ ਚੁੱਪ ਨੇ ਸਰਸ਼ੀਕਾਲ ਮੈਰੀ ਨਤੀਮਾਂ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰਾਂ ਇੱਕ ਮੇਰੀ ਵੀ ਸੁਣੋ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਵਿਸ਼ਿਆਂ ਲੈ ਕੇ ਚਰਚਾ ਕਰਾਂਗੇ ਤੇ ਅੱਜ ਦੇ ਵਿਸ਼ੇ ਉਹ ਵੀ ਕਾਫੀ ਅਹਿਮ ਰਹਿਣ ਵਾਲੇ ਨੇ ਜਿਸ ਤੇ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਜਿਨ੍ਹਾਂ ਨੇ ਉਹਨਾਂ ਦੇ ਘਰ ਤੇ ਹੋਏ ਹਮਲੇ ਨੂੰ ਲੈ ਕੇ ਬਿਆਨ ਦਿੱਤਾ ਉੱਥੇ ਹੀ ਆਪ ਪਾਰਟੀ ਦੇ ਵੱਲੋਂ ਹਾਈ ਕੋਰਟ ਦਾ ਰੁਖ ਵੀ ਕੀਤਾ ਤੇ ਸਿੱਟ ਵੱਲੋਂ ਜਾਂਚ ਦੀ ਮੰਗ ਵੀ ਕੀਤੀ ਗਈ ਹੈ ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਕਿ ਪੰਜਾਬ ਵਿਧਾਨ ਸਭਾ ਦਾ ਇੱਕ ਰੋਜਾ ਵਿਸ਼ੇਸ਼ ਸ਼ਾਸਨ ਬੁਲਾਇਆ ਗਿਆ ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਕਿ ਪੰਜਾਬ ਸਰਕਾਰ ਨੇ ਐਸਐਸ ਬੋਰਡ ਭੰਗ ਕਰ ਦਿੱਤਾ ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਮੁੱਦੇ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਟੂਡੀਓ ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਸਭ ਤੋਂ ਪਹਿਲਾਂ ਅਸੀਂ ਉਹਦਾ ਸਵਾਗਤ ਕਰਦੇ ਹਾਂ ਢਿੱਲੋਂ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਜੀ ਢਿੱਲੋਂ ਜੀ ਸਭ ਤੋਂ ਪਹਿਲਾਂ ਚਰਚਾ ਕਰਾਂਗੇ ਕਿ ਪੰਜਾਬ ਵਿਧਾਨ ਸਭਾ ਦਾ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਮਾਨ ਦੀ ਸਰਕਾਰ ਦੇ ਵੱਲੋਂ ਬੁਲਾਇਆ ਗਿਆ ਤੇ ਕੋ ਜਦੋਂ ਤੋਂ ਸਰਕਾਰ ਨੇ ਗੋੜੇ ਜੋ ਪੂਣੀ ਨਹੀਂ ਕੀਤੀ ਔਰ ਕੇਂਦਰ ਸਰਕਾਰ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ ਭਾਵੇਂ ਉਹ ਵਿਹਾਰਤੀ ਵਿਕਾਸ ਫੰਡ ਹੋਵੇ 1100 ਕਰੋੜ ਦਾ 750 ਮੈਗਾਵਾਟ ਬਿਜਲੀ ਕੇਂਦਰੀ ਪੂਲ ਦੇ ਵਿੱਚੋਂ ਪੰਜਾਬ ਨੇ ਮੰਗੀ ਹੋਵੇ ਤਾਂ ਦੇ ਦਿੱਤੀ ਜਾਵੇ ਹਰਿਆਣੇ ਨੂੰ ਪੰਜਾਬ ਦਾ ਬਿਜਲੀ ਨਿਗਮ ਕੋਲਾ ਮੰਗਦਾ ਹੈ ਉਹ ਕਹਿੰਦੇ ਆਪਣਾ ਪ੍ਰਬੰਧ ਆਪ ਕਰੋ ਵਿਦੇਸ਼ਾਂ ਤੋਂ ਮੰਗਾ ਲਓ ਚੰਡੀਗੜ੍ਹ ਦੇ ਉੱਤੇ ਚੰਡੀਗੜ੍ਹ ਤੇ ਪੰਜਾਬ ਦਾ ਹੱਕ ਹੈ 60 40 ਦੇ ਵਿੱਚੇ ਬਣਿਆ ਸੀ ਜਦੋਂ ਪੰਜਾਬ ਪੁਨਰਗਠਨ ਐਕਟ 1966 ਬਣਾਇਆ ਗਿਆ ਸੀ ਇਹਨੂੰ ਦੁਬਾਰਾ ਸੂਬੇ ਬਦਲ ਬਣਵਾਇਆ ਗਿਆ ਜੀ ਉਹਦੇ ਵਿੱਚ ਉਹਨਾਂ ਨੇ ਕਹਿਤਾ ਕਿ ਸਾਰੇ ਅਧਿਕਾਰ ਜਿਹੜੇ ਆ ਉਹ ਕੇਂਦਰ ਦੇ ਲਾਗੂ ਹੋਣਗੇ ਇੱਕ ਇੱਕ ਗੱਲ ਕਰਕੇ ਪੰਜਾਬ ਨੂੰ ਕੋਸਿਆ ਜਾ ਰਿਹਾ ਹੈ ਪੰਜਾਬ ਨੂੰ ਕੁੱਟਿਆ ਜਾ ਰਿਹਾ ਹੈ ਲੱਗਿਆ ਪਤਾ ਕਿ ਪੰਜਾਬ ਵਿਧਾਨ ਸਭਾ ਦਾ ਕੱਲੂ ਇੱਕ ਰੋਜ਼ਾ ਸਪੈਸ਼ਲ ਸੈਸ਼ਨ ਸੱਦਿਆ ਜਾ ਰਿਹਾ ਹੈ ਇਸ ਸਬੰਧ ਦੇ ਵਿੱਚ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੇ ਹਵਾਲੇ ਤੋਂ ਇੱਕ ਖਬਰ ਆਈ ਹੈ ਬਾਅਦ ਦੇ ਵਿੱਚ ਸਰਕਾਰ ਨੇ ਵੀ ਇਹਦੀ ਪੁਸ਼ਟੀ ਕਰ ਦਿੱਤੀ ਹੈ ਸ਼ੁਰੂਆਤੀ ਦੌਰ ਦੇ ਵਿੱਚ ਇਹ ਆਈ ਸੀ ਸਰਕਾਰ ਨੇ ਅੱਜ ਮੰਤਰੀ ਮੰਡਲ ਦੀ ਮੀਟਿੰਗ ਵੀ ਬੁਲਾਈ ਹੈ ਜੇ ਸੈਸ਼ਨ ਇੰਨੀ ਜਲਦੀ ਸਦਨਾ ਪੈ ਗਿਆ ਇਹਦਾ ਮਤਲਬ ਗੰਭੀਰਤਾ ਵਾਲੇ ਮਾਮਲੇ ਕਈ ਖੜੇ ਹੋ ਗਏ ਨੇ ਜੀ ਇੱਕੇਦਮ ਸੈਸ਼ਨ ਕਿਉਂ ਸਦਨਾ ਪੈ ਗਿਆ ਸੈਸ਼ਨ ਤਾਂ ਅਣ ਮਿੱਥੇ ਸਮੇ ਲਈ ਉਠਾਤਾ ਸੀ ਹੂੰ ਕਿਉਂਕਿ ਬਜਟ ਸੈਸ਼ਨ ਪੰਜਾਬ ਸਰਕਾਰ ਜੂਨ ਦੇ ਮਹੀਨੇ ਲਿਆਉਣਾ ਚਾਹੁੰਦੀ ਹੈ ਜੀ ਇਸ ਕਰਕੇ ਉਹਨਾਂ ਨੇ ਜਿਹੜਾ ਹੈਗਾ ਕੱਲ ਇੱਕ ਰੋਜ਼ਾ ਇਹ ਸੈਸ਼ਨ ਬੁਲਾਇਆ ਜਾ ਰਿਹਾ ਹੈ ਮੇਰਾ ਖਿਆਲ ਹੈ ਕਿ ਸਾਰੀਆਂ ਵਿਰੋਧੀ ਧਿਰਾਂ ਵਾਲੇ ਵੀ ਇਹਦੇ ਵਿੱਚ ਸ਼ਮੂਲੀਅਤ ਕਰਨਗੇ ਜੇ ਕੇਂਦਰ ਸਰਕਾਰ ਦੇ ਖਿਲਾਫ ਕੋਈ ਮਤਲਿਆ ਹੰਦਾ ਗਿਆ ਤਾਂ ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਦੋ ਨੇ ਹਮ ਦੋ ਹਮਾਰੇ ਦੋ ਇਹ ਨਾਰਾ ਚੱਲਿਆ ਸੀ ਜਦੋਂ ਦੇਸ਼ ਦੇ ਵਿੱਚ ਆਬਾਦੀ ਨੂੰ ਰੋਕਣਾ ਸੀ ਜੀ ਆਬਾਦੀ ਤਾਂ ਰੁਕੀ ਨਹੀਂ ਆਬਾਦੀ ਤਾਂ 35 ਕਰੋੜ ਮੁਲਕ ਸੀ 100 ਕਰੋੜ ਤੋਂ ਬਾਅਦ ਜੰਮ ਗਿਆ ਹੂੰ ਆਜ਼ਾਦੀ ਤੋਂ ਬਾਅਦ ਜੇ ਇਸ ਪਾਸੇ ਵੱਲ ਅਸੀਂ ਬ੍ਰੇਕਾਂ ਲਾਈਆਂ ਹੁੰਦੀਆਂ ਜਿਹੜਾ ਆਪਣਾ ਪੜਿਆ ਲਿਖਿਆ ਵਰਗ ਹੈ ਉਹਨੇ ਤਾਂ ਸਭਾ ਲਿਆ ਉਹਨਾਂ ਦੇ ਤਾਂ ਦੋ ਹੀ ਨੇ ਪਰ ਜਿਹੜੇ ਕਈ ਅਜਿਹੇ ਫਿਰਕੇ ਵੀ ਨੇ ਜਿੱਥੇ 11-11 ਬੱਚੇ ਨੇ ਜੀ ਆ ਇਕੱਲੇ ਆਮ ਲੋਕਾਂ ਦੇ ਨਹੀਂ ਜਿਹੜੇ ਲੋਕ ਸਭਾ ਜਾਂ ਵਿਧਾਨ ਸਭਾ 'ਚ ਬੈਠੇ ਨੇ ਉਹਨਾਂ ਦੇ ਵੀ ਦੋ-ਦੋ ਨੇ ਆ 11-11 ਨੇ ਸੋ ਕੱਲ ਹੁਣ ਸੈਸ਼ਨ ਹੋਵੇਗਾ ਅਸੀਂ ਦੇਖਾਂਗੇ ਉਹ ਸੈਸ਼ਨ ਦੇ ਵਿੱਚ ਸਰਕਾਰ ਕਿਹੜੇ ਕਿਹੜੇ ਮਾਮਲੇ ਲੈ ਕੇ ਆਉਂਦੀ ਹੈ ਜੀ ਇਸ ਦੇ ਨਾਲ ਹੀ ਢਿਲੋ ਜੀ ਪੰਜਾਬ ਸਰਕਾਰ ਨੇ ਐਸਐਸ ਬੋਰਡ ਵੀ ਪੰਗ ਕਰ ਦਿੱਤਾ ਗਿਆ ਪੰਜਾਬ ਜਦੋਂ ਪੰਜਾਬ ਦੇ ਵਿੱਚ ਸੱਤਾ ਤਬਦੀਲੀ ਆਉਂਦੀ ਹੈ ਜੀ ਤਾਂ ਇਹ ਜਿਹੜੇ ਜਿੱਥੇ ਸਿਆਸੀ ਆਗੂ ਲਾਏ ਜਾਂਦੇ ਨੇ ਉਹਨਾਂ ਨੂੰ ਇੱਕ ਇੱਕ ਕਰਕੇ ਪੰਗ ਕੀਤਾ ਜਾਂਦਾ ਹੈ ਜਿਹੜੇ ਸਿਆਣੇ ਸਿਆਸਤਦਾਨ ਹੁੰਦੇ ਨੇ ਉਹ ਪਹਿਲਾਂ ਹੀ ਛੱਡ ਜਾਂਦੇ ਨੇ ਪੰਜ ਬਾਰੀਆਂ ਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਣਸੋ ਮਿਲ ਗਈ ਕਿ ਪੈਨਸ਼ਨਾਂ ਬੰਦ ਹੋਣਗੀਆਂ ਤੇ ਉਹਨਾਂ ਨੇ ਕਰਤਾ ਲਓ ਕਾਕਾ ਮੈਂ ਹੁਣ ਪੈਨਸ਼ਨ ਕੀ ਕਰਨੀ ਐ ਇਹ ਸਾਰੀਆਂ ਮੈਂ ਕਿਸੇ ਚੈਰਿਟੀ ਦੇ ਲੇਖੇ ਲਾ ਦੰਨਾ ਸਰ ਲਾਲ ਸਿੰਘ ਪਤਾ ਸੀ ਕਿ ਸਰਕਾਰ ਬਦਲ ਗਈ ਹੈ ਉਹਨਾਂ ਨੇ ਐਸਐਸਬੋਪਨਾ ਨੇ ਮੰਡੀ ਬੋਰਡ ਦੀ ਚੇਅਰਮੈਨੀ ਤੋਂ ਅਸਤੀਫਾ ਦਿੱਤਾ 27 ਦੇ ਕਰੀਬ ਨਗਰ ਸਭਾ ટ્રਸਟਾਂ ਨੂੰ ਕੱਲ ਪਰਸੋਂ ਇਕੱਲੀ ਭੰਗ ਕੀਤਾ ਗਿਆ ਪੀਆਰਟੀਸੀ ਦਾ ਚੇਅਰਮੈਨ ਗਿਆ ਬਣਫਰਕੋ ਦਾ ਚੇਅਰਮੈਨ ਗਿਆ ਜਦੋਂ ਸਰਕਾਰਾਂ ਬਦਲਦੀਆਂ ਨੇ ਇਹ ਜਿਹੜੇ ਆ ਨਾਲ ਦੀ ਨਾਲ ਆਟੋਮੈਟਿਕ ਹੀ ਬਦਲ ਜਾਂਦੇ ਨੇ ਜੀ ਹੁਣ ਸਰਕਾਰ ਨੇ ਅਧੀਨ ਸਬਾਵਾਂ ਚੋਣ ਬੋਰਡ ਜਿਹਦੇ ਰਾਹੀਂ ਮੁਲਾਜ਼ਮਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ ਸਿਲੈਕਸ਼ਨ ਕੀਤੀ ਜਾਂਦੀ ਹੈ ਉਹਨਾਂ ਦੀ ਨਿਯੁਕਤੀ ਸਰਕਾਰ ਕਰਦੀ ਹੈ ਸਿਲੈਕਟ ਉਹ ਕਰਦੇ ਨੇ ਆ ਪਿੱਛੇ ਪਟਵਾਰੀ ਕੀਤੇ ਸੀ ਲਾਇਬ੍ਰਰੀਅਨ ਕੀਤੇ ਸੀ ਕੈਲਰিক্যাল ਪੋਸਟਾਂ ਵਾਸਤੇ ਕੀਤੇ ਸੀ ਇਹ ਸਾਰਿਆਂ ਨੂੰ ਅਧੀਨ ਸਬਾਵਾਂ ਚੋਣ ਬੋਰਡ ਰਾਹੀਂ ਕੀਤਾ ਜਾਂਦਾ ਹੈ ਤੇ ਜਿਹੜੇ ਪੀਸੀਐਸ ਦੇ ਪੱਧਰ ਦੀਆਂ ਪੋਸਟਾਂ ਨੇ ਉਹਨਾਂ ਨੂੰ ਕਰਦੇ ਆ ਪੰਜਾਬ ਲੋਕ ਸੇਵਾ ਕਮਿਸ਼ਨ ਜੀ ਤੇ IAS IPS IFS IRS ਇਹਨਾਂ ਸਾਰਿਆਂ ਨੂੰ ਕਰਦੇ ਨੇ UPSC ਜੂਨੀਅਰ ਪਬਲਿਕ ਸਰਵਿਸ ਕਮਿਸ਼ਨ ਸੋ ਦੀਨ ਸਬਾਵਾਂ ਚੋਣ ਬੋਰਡ ਵੀ ਬੰਦ ਕਰ ਭੰਗ ਕਰ ਦਿੱਤਾ ਗਿਆ ਉਹਨੂੰ ਭੰਗ ਕਰਕੇ ਹੁਣ ਸਰਕਾਰ ਆਪਣੇ ਵੱਲੋਂ ਨਵੇਂ ਸਿਰੇ ਤੋਂ ਬਣਾਏਗੀ ਜੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੋ ਘਰ ਤੇ ਹਮਲਾ ਹੋਇਆ ਸੀ ਉਸ ਮਾਮਲੇ ਦੇ ਵਿੱਚ ਹੁਣ ਹਾਈ ਕੋਰਟ ਦਾ ਰੁਖ ਆਮ ਆਰਮੀ ਪਾਰਟੀ ਦੇ ਵੱਲ ਕੀਤਾ ਗਿਆ ਅਤੇ ਸਿੱਟ ਵੱਲੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਅਰਵਿੰਦ ਕੇਜਰੀਵਾਲ ਦਾ ਵੀ ਇਸ ਮੁੱਦੇ ਤੇ ਬਿਆਨ ਸਾਹਮਣੇ ਆਇਆ ਜੀ ਦੇਖੋ ਕੇਂਦਰ ਦੇ ਵਿੱਚ ਸਰਕਾਰ ਹੈਗੀ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਦਿੱਲੀ ਦੀ ਪੁਲਿਸ ਗ੍ਰਹਿ ਮੰਤਰਾਲੇ ਦੇ ਅਧੀਨ ਹੈ ਕੇਜਰੀਵਾਲ ਬਹੁਤ ਚਿਰ ਤੋਂ ਰੌਲਾ ਪਾਉਂਦਾ ਆ ਰਿਹਾ ਕਿ ਸਾਨੂੰ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇ ਪੂਰਨ ਰਾਜਾ ਕਿਹੜੇ ਭੜੂਏ ਨੇ ਦੇਣਾ ਸੀ ਜਿਹੜੀਆਂ ਚਾਰ ਸ਼ਕਤੀਆਂ ਉਹਦੇ ਕੋਲ ਸੀ ਉਹ ਵੀ ਖੋ ਕੇ ਉੱਥੋਂ ਦੇ ਲੈਫਟੀਨੈਂਟ ਕਮਰਦ ਨੂੰ ਦੇ ਦਿੱਤੀਆਂ ਗਈਆਂ ਜੀ ਤੇ ਇਹਨਾਂ ਫਿਰ ਇਹਨਾਂ ਕੋਲ ਆਚਾਰਾ ਕੀ ਰਹਿ ਜਾਂਦਾ ਹੈ ਇਹ ਉੱਚ ਅਦਾਲਤ ਚ ਗਏ ਨੇ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੇ ਅੱਜ ਚੁੱਪ ਤੋੜਦਿਆਂ ਬਿਆਨ ਦਿੱਤਾ ਉਹ ਕਹਿੰਦੇ ਵੀ ਇਹ ਸਾਰਾ ਮਾਮਲਾ ਜਿਹੜਾ ਹੈਗਾ ਇਹ ਭਾਰਤੀ ਜਨਤਾ ਪਾਰਟੀ ਨੇ ਇੱਕ ਵਿਧੀਵੱਧ ਤਰੀਕੇ ਦੇ ਨਾਲ ਕਰਵਾਇਆ ਹੈ ਜੀ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਦੇ ਵਿੱਚ ਇੱਕ ਬਿਆਨ ਦਿੱਤਾ ਸੀ ਜਿਹੜੀ ਕਸ਼ਮੀਰ ਬਾਰੇ ਫਿਲਮ ਬਣ ਰਹੀ ਹੈ ਕਿ ਉਹਦੇ ਟੈਗ ਸਮਾਪਦੀ ਥਾਂ ਤੇ ਉਹਨੂੰ YouTube ਤੇ ਪਾ ਦਿੱਤਾ ਜਾਵੇ ਜੀ ਉਧਰੋਂ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਤੰਜ ਕੱਸਿਆ ਹੈ ਹੂੰ ਕਿ ਪਰ ਇਸ਼ਤਿਹਾਰ ਬਾਜ਼ੀਆਂ ਦੇ ਫੁੱਲ ਫੁੱਲ ਪੇਜ ਦੇ ਅਖਬਾਰ ਚ ਵਿੱਚ ਕਿਉਂ ਦਿੰਦੇ ਹੋ ਜੀ ਉਹ ਵੀ YouTube ਤੇ ਪਾ ਦਿਆ ਕਰੋ ਹੂੰ ਉਹਨਾਂ ਨੇ ਇਹ ਗੱਲ ਕਹਤੀ ਹੈ ਇਸ ਕਰਕੇ ਅਜੇ ਹੀ ਸਥਿਤੀ ਦੇ ਵਿੱਚ ਜਿਹੜਾ ਕੇਜਰੀਬਾਲ ਸਾਹਿਬ ਕਹਿੰਦੇ ਨੇ ਕਿ ਇਹ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕਰਵਾਇਆ ਹੈਗਾ ਦਿੱਲੀ ਦੀ ਪੁਲਿਸ ਇਹ ਗੱਲ ਕਹਿੰਦੀ ਹੈ ਕਿ ਅਸੀਂ 70 75 ਬੰਦੇ ਰਾਉਂਡ ਅਪ ਕੀਤੇ ਸੀ ਹਰਾਸਤ ਚ ਲਏ ਸੀ ਉਹਦੀ ਥਾਂ ਤੇ ਅੱਧੀ ਦਰਜਨ ਦੇ ਕਰੀਬ ਕੱਲ ਉਹਨਾਂ ਨੇ ਬੰਦੇ ਫੜ ਕੇ ਗ੍ਰਿਫਤਾਰੀਆਂ ਪਾਤੀਆਂ ਜਿਹੜਾ ਪਰਚਾ ਦਿੱਲੀ ਦੇ ਵਿੱਚ ਇਹਨਾਂ ਦੀ ਸ਼ਿਕਾਇਤ ਦੇ ਉੱਤੇ ਦਰਜ ਕੀਤਾ ਗਿਆ ਕੁਝ ਪਰਚਾ ਸਿੱਧੇ ਰੂਪ ਦੇ ਵਿੱਚ ਹੈ ਤੇ ਕੁਝ ਅਣਪਛਾਤੇਆਂ ਦੇ ਉੱਤੇ ਹੈ ਇਹ ਪੁਲਿਸ ਅਕਸਰ ਇਸ ਤਰ੍ਹਾਂ ਦਾ ਕੰਮ ਕਰਦੀ ਹੁੰਦੀ ਹੈ ਜੀ ਢੀਲੋ ਜੀ ਰੇਲਵੇ ਫਾਟਕਾਂ ਦੀ ਸਮੱਸਿਆ ਕਾਫੀ ਵੱਡੀ ਸਮੱਸਿਆ ਜਿਸ ਤੋਂ ਹੁਣ ਉਮੀਦ ਜਾਗੀ ਜਾ ਰਹੀ ਹੈ ਕਿ ਹੁਣ ਇਹ ਸਮੱਸਿਆ ਦੂਰ ਹੋ ਸਕਦੀ ਹੈ ਕਿਉਂਕਿ ਅੱਧੀ ਦਰਜਨ ਤੋਂ ਵੱਧ ਰੇਲਵੇ ਫਾਟਕਾਂ ਤੋਂ ਧੂਰੀ ਵਾਸੀ ਕਾਫੀ ਪਰੇਸ਼ਾਨ ਨੇ ਦੇਖੋ ਇਕੱਲੇ ਇੱਕ ਧੂਰੀ ਵਾਸੀ ਨਹੀਂ ਜੀ ਜਿਹੜਾ ਰਾਜਪੁਰੇ ਤੋਂ ਲੈ ਕੇ ਬਠਿੰਡੇ ਤੱਕ ਦੂਰੀ ਲਾਈਨ ਦਾ ਦੂਰੀਕਰਨ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਜਿਹੜਾ ਪਹਿਲਾ ਏਜੰਡਾ ਸੀ ਕਿ ਜਿਹੜੀਆਂ ਰੇਲਵੇ ਲੰਘੇ ਨੇ ਜੀ ਭਾਵੇਂ ਉਹ ਫਟਕਾਂ ਵਾਲੇ ਹੋਣ ਜਾਂ ਬਿਨਾ ਫਟਕਾਂ ਵਾਲੇ ਹੋਣ ਇਹਨਾਂ ਨੂੰ ਫਟਕਰਹਿਤ ਕਰ ਦਿੱਤਾ ਜਾਵੇਗਾ ਇਹਦੇ ਵਿੱਚ ਜਾਂ ਤਾਂ ਜ਼ਮੀਨ ਦੋਜ ਪੁਲ ਬਣਾਏ ਜਾਣਗੇ ਜਾਂ ਫਲਾਈਓਵਰ ਬਣਾਏ ਜਾਣਗੇ ਇਹ ਰੇਲਵੇ ਵਿਭਾਗ ਨੇ ਜਾਣਕਾਰੀ ਦਿੱਤੀ ਸੀ ਦੂਰੀ ਕਰਨ ਦਾ ਕੰਮ ਹੋ ਰਿਹਾ ਹੈ ਜਿਹੜਾ ਇਹ ਧੂਰੀ ਦੇ ਵਿੱਚੋਂ ਮਸਲਾ ਉੱਠਿਆ ਹੈ ਜੀ ਉੱਥੇ ਰੇਲ ਚਾਰ ਪਾਸੇ ਜਾਂਦੀ ਹੈ ਹੂੰ ਰਾਜਪੁਰਾ ਤੋਂ ਧੂਰੀ ਧੂਰੀ ਦੇ ਰਸਤੇ ਅੱਗੇ ਬਰਨਾਲਾ ਤਪਾ ਰਾਮਪੁਰਾ ਫੂਲ ਤੇ ਬਠਿੰਡਾ ਇਸੇ ਤਰ੍ਹਾਂ ਦੂਜੇ ਪਾਸੇ ਮਲੇਰ ਕੋਟਲਾ ਅਹਿਮਦਗੜ ਕਿਲਾ ਰਾਏਪੁਰ ਲੁਧਿਆਣਾ ਖੱਬੇ ਪਾਸੇ ਨੂੰ ਜਾऊं ਸੰਗਰੂਰ ਸਨਾਮ ਲਹਿਰਾ ਜੀ ਤੋਂ ਬਾਰੇ ਪਾਸੇ ਚੱਲ ਜਾਂਦੀ ਹੈ ਸੋ ਰੇਲਵੇ ਨੇ ਇੱਕ ਪ੍ਰੋਜੈਕਟ ਬਣਾਏ ਨੇ ਜੀ ਕਿ ਪੜਾ ਵਾਰ ਅਸੀਂ ਇਹਨਾਂ ਫਾਟਕਾਂ ਨੂੰ ਖਤਮ ਕਰ ਰਹੇ ਹਾਂ ਅਜੇ ਤੱਕ ਵੀ ਇਹ ਬਾਬੇ ਆਦਮ ਬਲੇ ਦੀ ਪ੍ਰਣਾਲੀ ਚੱਲਦੀ ਹੈ ਰੇਲਾਂ ਦੇ ਉੱਤੇ ਜੇਕਰ ਰੇਲ ਆਉਣੀ ਹੋਵੇ ਖੱਬੇ ਪਾਸੇ ਤੋਂ ਤਾਂ ਜਿਹੜਾ ਪਲੇਟਫਾਰਮ ਦੇ ਸੱਜੇ ਪਾਸੇ ਵਾਲਾ ਫਾਟਕ ਹੈ ਉਹ ਬੰਦ ਕਰ ਦਿੱਤਾ ਜਾਂਦਾ ਹੈ। ਕਈ ਵਾਰ ਤਾਂ ਇਹ ਫਾਟਕ 20-20 ਮਿੰਟ ਬੰਦ ਰਹਿੰਦੇ ਨੇ। ਜੀ। ਇਹ ਅੰਗਰੇਜ਼ਾਂ ਦਾ ਕਾਨੂੰਨ ਹੈ ਇਹਦੇ ਵਿੱਚ ਕੋਈ ਤਬਦੀਲੀ ਨਹੀਂ ਆਈ। ਹੂੰ। ਜਦੋਂ ਇਹ ਕਾਨੂੰਨ ਬਣਿਆ ਸੀ ਉਦੋਂ ਤਾਂ ਕੋਈ ਵਾਹਨ ਹੁੰਦਾ ਹੀ ਨਹੀਂ ਸੀ ਲੋਕਾਂ ਕੋਲ ਸਾਈਕਲ ਹੁੰਦੇ ਸੀ। ਜਾਂ ਲੋਕ ਪੈਦਲ ਯਾਤਰਾ ਜ਼ਿਆਦਾ ਕਰਦੇ ਹੁੰਦੇ ਸੀ। ਹੁਣ ਵਾਹਨ ਵੱਧ ਗਏ ਨੇ। ਇਹਦੇ ਵਿੱਚ ਤਬਦੀਲੀ ਦੀ ਲੋੜ ਹੈ। ਇਸੇ ਕਰਕੇ ਰੇਲਵੇ ਵਿਭਾਗ ਨੇ ਕਿਹਾ ਹੈ ਕਿ ਅਸੀਂ ਅਗਲੇ ਸਮੇਂ ਵਿੱਚ ਜ਼ਮੀਨਦੋਜ ਜਾਂ ਜ਼ਮੀਨ ਤੋਂ ਉੱਪਰਲੇ ਫਲਾਈ ਓਵਰ ਬਣਾਵਾਂਗੇ ਤਾਂ ਜੋ ਤਾਂ ਜੋ ਇਹਨਾਂ ਦੇ ਵਿੱਚ ਜਿਹੜੇ ਇਹ ਫਟਕ ਖਤਮ ਕੀਤੇ ਜਾਣ ਅਜੇ ਬਹੁਤ ਸਾਰੇ ਥਾਵਾਂ ਤੇ ਹੋਏ ਨਹੀਂ ਜਿਹਦੀ ਖਬਰ ਦੀ ਤੁਸੀਂ ਗੱਲ ਕਰਦੇ ਹੋ ਉਹਨਾਂ ਨੂੰ ਇਹ ਆਸ ਵੱਜੀ ਹੈ ਕਿ ਧੂਰੀ ਹੈ ਮੁੱਖ ਮੰਤਰੀ ਭਗਵੰਤ ਸਿਉ ਮਾਨ ਬਣਿਆ ਹੈ ਉਮੀਦ ਹੈ ਕਿ ਹੁਣ ਇਹਨਾਂ ਫਟਕਾਂ ਤੋਂ ਖੜਾ ਛੁੱਟੇਗਾ ਪਰ ਮੇਰੀ ਇੱਕ ਬੇਨਤੀ ਹੈ ਪਟਿਆਲੇ ਵਾਲਿਆਂ ਨੂੰ ਆ ਕੇ ਪੁੱਛ ਲੈਣ ਕਿ ਇੱਥੋਂ ਫਟਕਾਂ ਤੋਂ ਕਿਹੜਾ ਛੁੱਟ ਗਿਆ ਕਿ ਨਹੀਂ ਛੁੱਟ ਗਿਆ ਹੂੰ ਇੱਥੇ ਵੀ ਮੁੱਖ ਮੰਤਰੀ ਦੋ ਵਾਰੀ ਰਹੇ ਹੈ ਜੀ ਜਾਓ ਬਠਿੰਡੇ ਚ ਜਾ ਕੇ ਪਤਾ ਕਰ ਲੈਣ ਜਾਂ ਹੋਰ ਪਾਸੇ ਪਤਾ ਕਰ ਲੈਣ ਸੋ ਇਹ ਸਮੱਸਿਆਵਾਂ ਵੱਡੀਆਂ ਨੇ ਪੜਾਵਾਜ਼ ਇਹਨਾਂ ਨੂੰ ਜਿਹੜਾ ਹੈਗਾ ਫਟਕਾਂ ਨੂੰ ਰੇਲ ਨੂੰ ਫਟਕ ਰਹਿਤ ਕਰਨਾ ਸਮੇਂ ਦੀ ਮੰਗ ਹੈ ਜੀ ਢਿੱਲੋ ਜੀ ਲੋਕ ਸਭਾ ਦੇ ਵਿੱਚ ਭਾਜਪਾ ਤੇ ਤਰਨਮੁਲ ਕਾਂਗਰਸ ਦੇ ਸੰਸਦ ਮੈਂਬਰਾਂ ਦੇ ਵਿਚਾਲੇ ਕਾਫੀ ਤਿੱਖੀ ਟਕਰਾਅਵਾਜੀ ਹੋਈ ਹੈ ਜਿਹੜੀ ਪਿੱਛੇ ਭੀਮ ਉਸ ਦੇ ਵਿੱਚ ਇੱਕ ਹੰਸਾ ਹੋਈ ਸੀ ਉਹਨੂੰ ਲੈ ਕੇ ਇਹਨਾਂ ਦੇ ਮਿਸਟਰ ਗੁਦਾਰਾ ਨੇ ਉਧਰੋਂ ਇੱਕ ਸੈਟ ਬਣੀ ਸੀ ਕਮੇਟੀ ਬਣੀ ਸੀ ਇੱਕ ਭਾਰਤੀ ਜਨਤਾ ਪਾਰਟੀ ਨੇ ਪੰਜ ਮੈਂਬਰੀ ਆਪਣੀ ਕਮੇਟੀ ਬਣਾਈ ਸੀ ਜੀ ਉਹਨਾਂ ਨੇ ਆ ਕੇ ਜੇਪੀ ਨੱਡਾ ਨੂੰ ਕੋਈ ਰਿਪੋਰਟ ਸ਼ੌਂਪਤੀ ਹੈ ਜਿਹੜੇ ਉਹਨਾਂ ਦੇ ਤ੍ਰੈਮੂਲ ਕਾਂਗਰਸ ਦੇ ਮੈਂਬਰ ਨੇ ਉਹ ਕਹਿੰਦੇ ਵੀ ਇਹ ਜਾਂਚ ਪ੍ਰਭਾਵਿਤ ਕਰਨਗੇ ਇਹ ਜਾਂਚ ਹੋਰ ਪਾਸੇ ਵੱਲੋਂ ਚੱਲ ਰਹੀ ਹੈ ਉਹ ਜਾਂਚ ਸਹੀ ਦਿਸ਼ਾ ਵੱਲ ਹੈ ਪਰ ਇਹਨਾਂ ਦੀਆਂ ਜਿਹੜੀਆਂ ਕਮੇਟੀਆਂ-ਸ਼ਮੇਟੀਆਂ ਇਹਨਾਂ ਨੇ ਬਣਾਈਆਂ ਨੇ ਜੀ ਇਹ ਪ੍ਰਭਾਵਿਤ ਹੋ ਸਕਦੀਆਂ ਨੇ ਹੂੰ ਭਾਰਤੀ ਜਨਤਾ ਪਾਰਟੀ ਕਹਿੰਦੀ ਹੈ ਕਿ ਤ੍ਰੈਮੂਲ ਕਾਂਗਰਸ ਦਾ ਉੱਥੇ ਰਾਜ ਹੈ ਇਹਨਾਂ ਨੇ ਸਹੀ ਕਦਮ ਨਹੀਂ ਉਠਾਇਆ ਇਹ ਤਾਂ ਖੁਦ ਜ਼ਿੰਮੇਵਾਰ ਨੇ ਇਸ ਕਰਕੇ ਸਾਨੂੰ ਕਮੇਟੀ ਬਣਾਉਣੀ ਪਈ ਹੈ ਤੇ ਉਹਦੀ ਜਾਂਚ ਵੀ ਜਿਹੜੀ ਹੈ ਉਹ ਸੀਬੀਆਈ ਨੂੰ ਸੌਂਪ ਦਿੱਤੀ ਗਈ ਹੈ ਕੇਂਦਰ ਸਰਕਾਰ ਵੱਲੋਂ ਜੀ ਸੋ ਇਹਦੇ ਵਿੱਚ ਜਦੋਂ ਦੋ ਵੱਡੀਆਂ ਧਿਰਾਂ ਹੋਣ ਆਪੋ ਆਪਣੇ ਪੱਖ ਦਿੰਦਿਆਂ ਨੇ ਤਾਂ ਇਸ ਮਾਮਲੇ ਨੂੰ ਲੈ ਕੇ ਸੰਸਦ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਜਿਹੜੇ ਤਰਾਇਮੂਲ ਕਾਂਗਰਸ ਦੇ ਸਰਸਦ ਮੈਂਬਰ ਨੇ ਇਹਨਾਂ ਦੀ ਆਪਸ ਵਿੱਚ ਦੀ ਨੋਕਝੋਕ ਹੋਈ ਹੈ ਜੀ ਢਿੱਲੋ ਜੀ ਗੱਲ ਕੀਤੀ ਜਾਵੇ ਬਿਜਲੀ ਸਬਸਿਡੀ ਦੀ ਤਾਂ ਇਸ ਨੂੰ ਲੈ ਕੇ ਧਨਾੜ ਜਿਹੜੇ ਕਿਸਾਨ ਨੇ ਉਹਨਾਂ ਤੇ ਉਂਗਲਾ ਉਠਾਣਾ ਸ਼ੁਰੂ ਹੋ ਗਏ ਨੇ ਇਹ ਕਾਫੀ ਦੇਰ ਤੋਂ ਚੱਲ ਰਿਹਾ ਹੈ ਰੀਨਾ ਜੀ ਇਸ ਵੇਲੇ 14 ਲੱਖ ਟਿਊਬਲ ਕਨੈਕਸ਼ਨ ਆ ਪੰਜਾਬ ਦੇ ਵਿੱਚ ਹੂੰ ਬਹੁਤ ਸਾਰੇ ਅਜਿਹੇ ਨੇ ਜਿਨ੍ਹਾਂ ਕੋਲੇ ਚਾਰ-ਚਾਰ ਮੋਟਰਾਂ ਵੀ ਨੇ ਜੇ ਜਦੋਂ ਸਵਾਲ ਉਠਣਾ ਸ਼ੁਰੂ ਹੋਇਆ ਤਾਂ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਇਸ ਗੱਲ ਦੇ ਨਾਲ ਸਹਿਮਤ ਨੇ ਇਹ ਸਬਸਿਡੀਆਂ ਰਹਿਤਾਂ ਉਹਨਾਂ ਲੋਕਾਂ ਨੂੰ ਜ਼ਰੂਰ ਦਿੱਤੀਆਂ ਜਾਣ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਨੇ ਜੀ ਇੱਥੇ ਤਾਂ ਜਾਤ ਦੇ ਆਧਾਰ ਤੇ ਸ਼ੁਰੂ ਕਰ ਲਿਆ ਤੇ ਜਿਨ੍ਹਾਂ ਨੇ ਉਹ ਰਹਿਤਾਂ ਲਈਆਂ ਉਹਨਾਂ ਦੇ ਕੋਲਵੇਂ ਪਰਦਾਦਾ ਦਾਦਾ ਬਾਬਾ ਆਪ ਤੇ ਗਾ ਪੁੱਤਰ ਪੁੱਤਰ ਦੇ ਪੋਤੇ ਵੀ ਲਈ ਜਾਂਦੀ ਹੈ ਹੂੰ ਜਿਨ੍ਹਾਂ ਲੋਕਾਂ ਦਾ ਜੀਵਨ ਪੁੱਤਰ ਉੱਪਰ ਚੱਕਰ ਵਾਸਤੇ ਇਹ ਰਾਖਵਾ ਕਰਨ ਕੀਤਾ ਗਿਆ ਸੀ ਕਿ ਉਹਨਾਂ ਨੂੰ ਮਿਲੀਆਂ ਸੋ 1996 ਦੇ ਵਿੱਚ ਚੰਦ ਕੁ ਮਹੀਨਿਆਂ ਵਾਸਤੇ ਬੀਬੀ ਰਜਿੰਦਰ ਕੌਰ ਪਠੱਲ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਉਹਨਾਂ ਨੇ ਸੱਤ ਕਿੱल्ल्या ਵਾਲੇ ਦਾ ਬਿਜਲੀ ਮਾਫ ਮਾਫ ਕਰਤਾ ਤੇ ਬਾਦਲ ਸਾਹਿਬ ਦਾ ਬਿਆਨ ਸੀ ਵੀ ਤਾਂ ਸਾਡਾ ਬਸਤਾ ਸੀ ਜਿਹੜੀ ਬੀਬੀ ਚੋਰੀ ਕਰਕੇ ਲੈ ਗਈ ਬੀਬੀ ਪੱਠੱਲੇ ਬਿਆਨ ਠੋਕਤਾ ਨਾਲ ਦੀ ਨਾਲ ਕਿ ਬਾਦਲ ਇੱਕ ਨਲਾਇਕ ਵਿਦਿਆਰਥੀ ਹੈ ਜਿਹੜਾ ਸਕੂਲ ਚੋਂ ਦਾ ਬਸਤਾ ਵੀ ਨਹੀਂ ਸੰਭ ਸਕਦਾ ਚਲੋ ਇਹਨਾਂ ਦੀ ਸਿਆਸੀ ਨੋਕ ਝੋਕ ਸੀ ਉਦੋਂ 97 ਦੇ ਬਾਦਲ ਸਾਹਿਬ ਆ ਗਏ ਉਹਨਾਂ ਨੇ ਇਹ ਮੁਕਤ ਬਿਜਲੀ ਖੋਰੀ ਸ਼ੁਰੂ ਕਰਤੀ ਜੀ ਸਭ ਤੋਂ ਪਹਿਲਾ ਮੁਕਤ ਖੋਰੀ ਉੱਥੋਂ ਸ਼ੁਰੂ ਹੋਈ ਹੈ ਔਰ ਇਹਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੁਣ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਇਹ ਗੱਲ ਕਹਿੰਦੇ ਨੇ ਕਿ ਸਰਕਾਰ ਸਾਨੂੰ ਸੁਆਮੀ ਨਾਥਨ ਦੀ ਰਿਪੋਰਟ ਮੁਤਾਬਕ ਭਾ ਦੇ ਦੇਣ ਅਸੀਂ ਬਿਜਲੀ ਦੇ ਬਿੱਲ ਆਪ ਦੇ ਦੇਵਾਂਗੇ ਲੇਕਿਨ ਕਈ ਕਿਸਾਨ ਜਥੇਬੰਦੀਆਂ ਦੇ ਆਗੂ ਇਸ ਗੱਲ ਨਾਲ ਸਹਿਮਤ ਨਹੀਂ ਕਿ ਜਿਹੜੇ ਵੱਡੇ ਕਿਸਾਨ ਐ ਉਹਨਾਂ ਨੂੰ ਬਿਜਲੀ ਦੇ ਬਿੱਲ ਭਰਨੇ ਚਾਹੀਦੇ ਆ ਕਿਉਂਕਿ ਤਾਂ ਹੈ ਹੀ 58 ਰੁਪਏ ਹੌਰਸ ਪਾਵਰ ਦੇ ਹਿਸਾਬ ਨਾਲ ਸੀ ਜੀ ਸੋ ਇਹ ਤੁਰਿਆ ਕੰਮ ਜੇ ਆਪਦੇ ਆਪ ਹੀ ਪਹਿਲਾਂ ਛੱਡਣ ਵਾਸਤੇ ਕਿਹਾ ਗਿਆ ਸੀ ਮੇਰਾ ਕਿਹਾ ਤਿੰਨ ਜਾਂ ਚਾਰ ਜਾਂ ਪੰਜ ਵ đạiਕਾਂ ਨੇ ਛੱਡੀ ਆ ਉਹਨਾਂ ਵਿੱਚੋਂ ਇੱਕ ਸਕਪਾਲ ਸਿੰਘ ਖਹਿਰਾ ਐ ਬਾਕੀ ਕਿਸੇ ਨੇ ਨਹੀਂ ਛੱਡੀ ਆ ਜਿਹੜੇ ਪੈਨਸ਼ਨ ਛੱਡਣ ਦਾ ਇਹਜ ਕਰ ਰਹੇ ਨੇ ਜੀ ਤੇ ਬਿਜਲੀ ਸਬਸਿਡੀ ਦਾ ਇਹਨਾਂ ਨੇ ਵੀ ਨਹੀਂ ਛੱਡੀ ਹਮਮ ਹੋਰ ਵੱਡੇ ਵੱਡੇ ਮੰਤਰੀ ਸੰਤਰੀਆਂ ਨੇ ਵੀ ਨਹੀਂ ਛੱਡੀ ਜੀ ਤਾਂ ਅੱਜ ਮਤਲਬ ਲੋਕਾਂ ਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ ਪਰ ਇਹ ਲੋਕ ਅਜੇ ਵੀ ਬਰਉણો ਹਟਦੇ ਨਹੀਂ ਜੀ ਢਿੱਲੋ ਜੀ ਕਣਕ ਦੀ ਬਾੜੀ ਦਾ ਸਟੇਜਨ ਆ ਜਿਹੜਾ ਸ਼ੁਰੂ ਹੋ ਚੁੱਕਿਆ ਜੇਕਰ ਗੱਲ ਕੀਤੀ ਜਾਵੇ ਮਾਲਵੇ ਦੀ ਤਾਂ ਮਾਲਵੇ ਦੇ ਵਿੱਚ ਕਣਕ ਦੀ ਵੜਾਈ ਵੀ ਸ਼ੁਰੂ ਹੋ ਗਈ ਆ ਉੱਥੇ ਮੰਡੀਆਂ ਦੀ ਗੱਲ ਕੀਤੀ ਜਾਵੇ ਤਾਂ ਮੰਡੀਆਂ ਦੇ ਵਿੱਚ ਵੀ ਕਣਕ ਪਹੁੰਚਣੇ ਸ਼ੁਰੂ ਹੋ ਗਈ ਆ ਦੇਖੋ ਸਰਕਾਰ ਨੇ ਆਪਣੇ ਤੌਰ ਤੇ ਕਿਹਾ ਕਿ ਅਸੀਂ 1 April ਤੋਂ ਕਣਕ ਦੀ ਖਰੀਦ ਕਰਾਂਗੇ ਹੂੰ ਉਹਦੇ ਵਾਸਤੇ ਫਸਲ ਦੇ ਵਿੱਚ ਸਿਲ ਕਿੰਨੀ ਹੈ ਇਹ ਸਰਕਾਰਾਂ ਨਿਰਧਾਰਤ ਕਰਦੀਆਂ ਭਾਰਤੀ ਖੁਰਾਕ ਨਿਗਮ ਵੱਲੋਂ ਕੀਤਾ ਜਾਂਦਾ ਹੈ ਐਕਤੀ ਕਣਕ ਦੀ ਆਸੇ ਪਾਸੇ ਲੋੜ ਬਹੁਤ ਹੈ ਇਸ ਕਰਕੇ ਕਣਕ ਦਾ ਭਾਅ ਵੀ ਕਿਸਾਨਾਂ ਨੂੰ ਚੰਗਾ ਮਿਲ ਸਕਦਾ ਹੈ ਦੂਜਾ ਕੱਲ ਤੋਂ ਅੱਗੇ ਨਾਲੋਂ ਭਾਰਤੀ ਖੁਰਾਕ ਨਿਗਮ ਕਹਿੰਦੇ ਇਸ ਵਾਰ 40 ਫੀਸਦੀ ਦੇ ਕਰੀਬ ਕਣਕ ਦੀ ਖਰੀਦ ਕਰੇਗੀ ਜੀ ਕੱਲ ਤੋਂ ਬਕਾਇਦਾ ਮੰਡੀਆਂ ਦੇ ਵਿੱਚ ਖਰੀਦਦਾਰੀ ਵੀ ਸ਼ੁਰੂ ਹੋ ਜਾਣੀ ਹੈ ਸੋ ਅਰੀਨਾ ਜੀ ਮੈਂ ਸਮਝਦਾ ਕਿ ਕਣਕ ਆ ਗਈ ਪੰਜਾਬ ਸਰਕਾਰ ਨੂੰ 24700 ਕਰੋੜ ਦੀ ਜਿਹੜੀ ਕੈਸ਼ ਕ੍ਰੈਡਿਟ ਲਿਮਟ ਹੈ ਉਭੀ ਜਾਰੀ ਕਰ ਦਿੱਤੀ ਹੈ ਕੇਂਦਰ ਸਰਕਾਰ ਨੇ ਹਾਲਾਂਕਿ ਇਹਨਾਂ ਨੇ ਵੱਧ ਮੰਗੀ ਸੀ 31 ਹਜ਼ਾਰ ਸਮਥਿੰਗ ਲੱਖ ਕਰੋੜ ਹੈ ਪਰ ਜੇ ਘੱਟ ਵੀ ਹੈ 24700 ਲੱਖ ਕਰੋੜ ਤਾਂ ਸਮਝਦੇ ਆ ਇਹਦੇ ਸਬੰਧੀ ਵਿੱਚ ਪੰਜਾਬ ਸਰਕਾਰ ਨੇ ਆਦੇਸ਼ ਕੀਤੇ ਆ ਕਿ ਜੇ ਅੱਜ ਤੁਹਾਡੀ ਕਨਕ ਤੁਲ ਗਈ ਤਾਂ ਅੱਜ ਹੀ ਤੁਹਾਡੇ ਖਾਤਿਆਂ 'ਚ ਪੈਸੇ ਪਾਏ ਜਾਣਗੇ ਇਹ ਸਾਰਾ ਕੁਝ ਹੁੰਦਾ ਹੈ ਜਾਂ ਕਿਤੇ ਐਲਾਨਨਾਮੇ ਰਹਿੰਦੇ ਨੇ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਕਿ ਜੋ ਕੁਝ ਕਰਨਾ ਹੈ ਉਹਦੀਆਂ ਜਮੀਨੀ ਹਕੀਕਤਾਂ ਮੁਤਾਬਕ ਕਰਿਓ ਕਿਤੇ ਇਹ ਨਾ ਹੋਵੇ ਕਿ ਪਿਛਲੀਆਂ ਸਰਕਾਰਾਂបាន ਥੋੜੇ ਵੀ ਸਿਰਫ ਐਲਾਨ ਹੀ ਰਹਿ ਜਾਣ ਜੀ ਢਿੱਲੋ ਜੀ ਗੱਲ ਕੀਤੀ ਜਾਵੇ પેટ્રોલ ਤੇ ਡੀਜ਼ਲ ਦੀਆਂ ਕੀਮਤਾਂ ਦੀ ਤਾਂ ਦੇਖਿਆ ਜਾ ਰਿਹਾ ਕਿ ਰੁਕਣ ਦੀ ਬਜਾਏ ਆਏ ਦਿਨ ਕੁਝ-ਕੁਝ ਪੈਸੇ ਕਰਕੇ પેટ્રોલ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ ਤੇ ਅੱਜ ਦੀ ਗੱਲ ਕੀਤੀ ਜਾਵੇ ਅੱਜ ਵੀ પેટ્રોલ ਦੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਤਾਂ 100 ਤੋਂ ਪਾਰ ਹੋ ਚੁੱਕਿਆ પેટ્રોલ ਇਹ ਸਰਕਾਰ ਕਹਿੰਦੀ ਤਾਂ ਇਹ ਸੀ ਕਿ ਮੈਂ 3 3 ਲੱਖ ਰੁਪਇਆ ਵਿਦੇਸ਼ਾਂ ਚੋਂ ਕਾਲਾ ਧੰ ਲਿਆ ਕੇ ਤੁਹਾਡੇ ਖਾਤਿਆਂ ਚ ਪਾ ਦਿਆਂਗਾ ਜੀ ਇਹ ਸਰਕਾਰ ਨੇ ਕਰੋਨਾ ਮਹਾਮਾਰੀ ਦੇ ਦੌਰਾਨ ਨਾ ਤਾਂ ਲੋਕਾਂ ਨੂੰ ਆਕਸੀਜਨ ਪੂਰੀ ਦਿੱਤੀ ਨਾ ਹੋਰ ਸਹੂਲਤਾਂ ਦਿੱਤੀਆਂ ਨਾ ਲੋਕਾਂ ਨੂੰ ਰੋਜ਼ਗਾਰ ਦਿੱਤਾ ਰੋਜ਼ਗਾਰ ਖੋਲੇ ਉਲਟਾ ਹਰ ਰੋਜ਼ ਸਵੇਰੇ ਉੱਠਣ ਸਾਰ ਲੋਕਾਂ ਦੇ ਜ਼ਖਮਾਂ ਤੇ ਨੂਨ ਪੁਕਿਆ ਜਾ ਰਿਹਾ ਹੈ ਵੀ ਦੇਖਦੇ ਆ ਕਿੰਨਾ ਕੁ ਸਹਾਰਦਾ ਹੈ ਲੋਕ ਮਜਬੂਰ ਨੇ ਪਰ ਲੋਕ ਚੁੱਪ ਨੇ ਕੋਈ ਸਮਾਂ ਹੁੰਦਾ ਸੀ ਜੇ ਅਜਿਹੀ ਸਥਿਤੀ ਆਉਂਦੀ ਸੀ ਲੋਕ ਖਾਟ ਖੜੀ ਕਰ ਦਿੰਦੇ ਸੀ ਕਹਿੰਦੇ ਤੁਹਾਨੂੰ ਮਰਨ ਵੀ ਨਹੀਂ ਦੇਣਾ ਤੇ ਜਿਉਂਦੇ ਵੀ ਨਹੀਂ ਛੱਡਣਾ ਅਜ ਰੋਕਾਂ ਨਾਲ ਸਥਿਤੀ ਉਹ ਬੜੀ ਹੋਈ ਹੈ ਕਿ ਇਹਨਾਂ ਨੂੰ ਮਰਨ ਵੀ ਦਿੱਤਾ ਜਾ ਰਿਹਾ ਜੀ ਤੇ ਜਿਉਣ ਜੋਗੇ ਵੀ ਨਹੀਂ ਛੱਡਿਆ ਜਾ ਰਿਹਾ ਛੱਡਿਆ ਜਾ ਰਿਹਾ ਬਿਲਕੁਲ ਜੀ ਆਮ ਲੋਕ ਜਾਨ ਤੇ ਜਾਨ ਕਿੱਥੇ ਨੂੰ ਜਾਨ ਕਹਿੰਦੇ ਮੈਂ ਮਨ ਕੀ ਬਾਤ ਕਰਦਾ ਉਹ ਭਾਈ ਸਾਹਿਬ ਮਨ ਕੀ ਬਾਤ ਆਪ ਦੀ ਸਨਾਦ ਉਹ ਦੂਜਿਆਂ ਦੀ ਵੀ ਸੁਣ ਲਓ ਉਹਨਾਂ ਦੇ ਦੁੱਖ ਦਰਦ ਵੀ ਹੋ ਸਕਦੇ ਨੇ ਜੇ ਤੁਸੀਂ ਧਨਾਡਾਂ ਦੇ ਪਿੱਛੇ ਕਰਨਾ ਹੈ ਜਿਹੜੀਆਂ ਗੱਲਾਂ ਤੁਸੀਂ ਕਾਂਗਰਸ ਤੇ ਇਲਜ਼ਾਮ ਲਾਉਂਦੇ ਸੀ ਅੱਜ ਆਪ ਤੁਸੀਂ ਉਹਨਾਂ ਰਾਹਾਂ ਤੇ ਚੱਲੇ ਹੋ ਲੁਕ ਇਹ ਸੋਚ ਕੇ ਚਾਹੁੰਦਾ ਹੈ ਕਿ ਕੱਲ੍ਹ ਉਹ ਯਾਰ ਮੈਨੂੰ ਐਨਿਆਂ ਕਨਾਲ ਸਰਜੇਗਾ ਤੜਕੇ ਉੱਠਣਸਾਰ ਉਹਦੇ ਪੱਲੇ ਮਹਿੰਗਾਈ ਦੀ ਮਾਰ ਦਾ ਇੱਕ ਹੋਰ ਤੀਰ ਉਹਦੇ ਸੀਨੇ 'ਚ ਖੁੱਭ ਜਾਂਦਾ ਹੈ ਤੇਉ ਸਿਵ ਨਹੀਂ ਕਰਦਾ ਤੁਸੀਂ ਆਏ ਤਾਂ ਦੇਸ਼ ਦੀ ਸੇਵਾ ਕਰਨ ਵਾਸਤੇ ਸੀ ਆਵਦੇ ਖਰਚੇ ਘਟਾ ਲਓ ਜਿਹੜਾ ਨਾਰਾ ਦਿੱਤਾ ਸੀ ਇੱਕ ਦੇਸ਼ ਇੱਕ ਕਰ ਲਿਹਾਓ ਸਾਰੇ ਕਿਸੇ ਨੂੰ ਜੀਐਸਟੀ ਦੇ ਅਧੀਨ ਨਹੀਂ ਰੰਦਾ ਜਾ ਰਿਹਾ ਸੋ ਅੱਜ ਦੇ ਜ਼ਬਾਨੇ ਦੇ ਵਿੱਚ ਜਿਵੇਂ ਰੋਜ਼ਾਨਾ ਦੇ ਆਧਾਰ ਦੇ ਉੱਤੇ ਲੋਕਾਂ ਦਾ ਖੂਨ ਚੂਸਿਆ ਜਾ ਰਿਹਾ ਹੈ ਅੱਜ ਲੋਕਾਂ ਨੂੰ ਯਾਦ ਆਉਂਦਾ ਹੈ ਕਿ ਅੰਗਰੇਜ਼ ਜੀ ਆਹ ਕਾਲੇ ਅੰਗਰੇਜ਼ਾਂ ਨਾਲੋਂ ਤਾਂ ਤੁਸੀਂ ਚੰਗੇ ਸੀ ਅਸੀਂ ਤੁਹਾਨੂੰ ਭੇਹ ਹੁੰਦੀ ਗਲਤੀ ਕਰ ਲਈ ਕਾਸ਼ ਅਸੀਂ ਤੁਹਾਡੇ ਕੋਲੇ ਆ ਜਾਂਦੇ ਪੰਜਾਬੀ ਦਾ ਗੀਤ ਹੈ ਨਾ ਕਿ ਉੱਡ ਕੇ ਸੋਹਣਿਆ ਆ ਜਾਵੇ ਅੱਜ ਲੋਕ ਕਹਿੰਦੇ ਆਂ ਅੰਗਰੇਜ਼ ਜੀ ਅਸੀਂ ਉੱਡ ਕੇ ਸੋਹਣਿਓ ਤੁਹਾਡੇ ਕੋਲੇ ਆ ਰਹੀ ਆਂ ਸਾਨੂੰ ਸਾਂਭ ਲੋ ਆ ਜਿਨ੍ਹਾਂ ਦੇ ਹਵਾਲੇ ਦੇਸ਼ ਕਰਕੇ ਗਏ ਸੀ ਇਹਨਾਂ ਨੇ ਉਸ ਦੇਸ਼ ਦਾ ਜਿਹਦੇ ਵਿੱਚ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਉਦਮ ਸਿੰਘ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤਰਾਏ ਸਾਡੇ ਅਜੇ ਹੀ ਸ਼ਹੀਦਾਂ ਦਾ ਖੂਨ ਡੁੱਲਿਆ ਤੇ ਫਿਰ ਉਹ ਗੱਲ ਯਾਦ ਆ ਜਾਂਦੀ ਹੈ ਕਿ ਆਜ਼ਾਦੀ ਦੇ ਝੂਠੇ ਆਗੂ ਕੁਰਸੀ ਲੈ ਕੇ ਬਹਿ ਗਏ ਰਾਜਗੁਰੂ ਸੁਖਦੇਵ ਭਗਤ ਸਿੰਘ ਫੁੱਲਾਂ ਜੋਗੇ ਰਹਿ ਗਏ ਜੀ ਜੀ ਤਾਂ ਕਿਹਾ ਕਿ ਉਹ ਲੋਕ ਤਾਂ ਸੀ ਜਿਨ੍ਹਾਂ ਨੇ ਨੂੰ ਕਦਰ ਜਿਨ੍ਹਾਂ ਨੂੰ ਸੀ بے ਮਹਿਵਸਦੀ ਉਜੜ ਗਈ ਹਾਏ ਮਹਿਵਸਦੀ ਉਜੜ ਗਈ ਸੋ ਇਹ ਧਰਤੀ ਜਿਹੜੀ ਸੀ ਉਹ ਫੇਰ ਇੱਕ ਵਾਰ ਇਹਨਾਂ ਕਾਲੇ ਅੰਗਰੇਜ਼ਾਂ ਕਾਰਨ ਵਸਦੀ ਸਾਡੀਆਂ ਅੱਖਾਂ ਦੇ ਸਾਹਮਣੇ ਉਜੜਦੀ ਜਾ ਰਹੀ ਹੈ ਅਸੀਂ ਚੁੱਪ ਕਰਕੇ ਕੁੰਭ ਕਰਨੀ ਨੀਂਦ ਸੁੱਤੇ ਪਏ ਜੀ ਟਿਲੋ ਜੀ ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਇਹ ਸਨ ਜਸਪਾਲ ਸਿੰਘ ਢਿੱਲੋਂ ਜੀ ਜਿਹਨੇ ਕਿਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਸਾਜ ਦੇ ਪ੍ਰੋਗਰਾਮ ਦੇ ਵਿੱਚ ਇਨਾ ਹੀ ਮੈਨੂੰ ਦੇ ਇਜਾਜ਼ਤ ਧੰਨਵਾਦ